ਉਹ ਇੱਕ ਟਹਿਣੀ ਤੋਂ ਦੂਜੀ ਟਹਿਣੀ ਤੇ ਕੁੱਦ ਰਹੇ ਸੀ। ਇਕੱਠੇ ਉਹਨਾਂ ਨੂੰ ਕਿੰਨਾ ਮਜ਼ਾ ਆ ਰਿਹਾ ਸੀ। ਬੱਚਾ ਹਾਥੀ ਵੇਖ ਕੇ ਸੋਚਣ ਲੱਗਾ, ਬਾਂਦਰਾਂ ਦੀ ਜ਼ਿੰਦਗੀ ਮਜ਼ੇਦਾਰ ਹੈ, ਮੈਨੂੰ ਬਾਂਦਰ ਹੋਣਾ ਚਾਹੀਦਾ ਹੈ। ਉਹ ਬਾਂਦਰਾਂ ਨੂੰ ਚੀਕ ਕੇ ਕਹਿਣ ਲੱਗਾ, ਓ ਬਾਂਦਰੋ, ਮੈਨੂੰ ਵੇਖੋ, ਮੈਂ ਵੀ ਬਾਂਦਰ ਹਾਂ, ਮੇਰੇ ਨਾਲ ਖੇਡੋ। ਥੋੜੀ ਦੇਰ ਰੁਕ ਕੇ ਬਾਂਦਰਾਂ ਨੇ ਹਾਥੀ ਦੇ ਬੱਚੇ ਨੂੰ ਵੇਖਿਆ ਤੇ ਫਿਰ ਉਹ ਸਾਰੇ ਦਰਖਤ ਤੋਂ ਥੱਲੇ ਉਤਰ ਕੇ ਉਸ ਨੂੰ ਘੇਰ ਕੇ ਖੜੇ ਹੋ ਗਏ। ਇੱਕ ਨੇ ਉਸ ਤੇ ਛਾਲ ਮਾਰੀ, ਇੱਕ ਨੇ ਉਸ ਦੇ ਕੰਨ ਖਿੱਚੇ, ਇੱਕ ਉਹਦੀ ਸੁੰਡ ਤੇ ਲਟਕ ਗਿਆ ਤੇ ਅਖੀਰਲੇ ਬੰਦਰ ਨੇ ਇੱਕ ਨਾਰੀਅਲ ਉਹਨੂੰ ਦੇ ਮਾਰਿਆ।